ਨਹੀਂ ਹੁਣ ਤਾਂ ਬਹੁਤ ਵਧੀਆ ਹੈ, ਬਹੁਤ ਵਧੀਆ ਮਾਹੌਲ ਆ, ਕੋਈ ਗੱਲ ਨਹੀਂ, ਲੋਕ ਆਪਣੇ ਵਧੀਆ ਕਾਰੋਬਾਰ 'ਚ ਲੱਗੇ ਆ ਅਤੇ ਆਪਣਾ ਕਾਰੋਬਾਰ ਕਰਨ ਦੇ ਡੇਰਿਆਂ 'ਤੇ ਰਹਿਣ ਦੇ ਲੋਕ। ਉਦੋਂ ਤਾਂ ਇਹੋ ਜਿਹਾ ਮਾਹੌਲ ਜੀ ਪਿੰਡਾਂ 'ਚ ਲੋਕ ਤਕਰੀਬਨ ਡੇਰਿਆਂ ਵਾਲੇ ਤਾਂ ਚਲੇ ਹੀ ਗਏ ਸੀ, ਉਹ ਤਾਂ ਬਿਲਕੁਲ ਸ਼ਾਂਤੀ ਵਾਲਾ ਮਾਹੌਲ ਆ ਅਤੇ ਕੋਈ ਮੁਸ਼ਕਿਲ ਨਹੀਂ ਗੀ, ਆਪਣਾ ਰਾਤ ਦਿਨ ਜਿਸ ਤਰ੍ਹਾਂ ਮਰਜ਼ੀ ਆਪਣਾ ਕੰਮ ਧੰਦਾ ਕਰੋ ਅਤੇ ਕੋਈ ਨਹੀਂ ਗਾ, ਬਿਲਕੁਲ ਵਧੀਆ ਮਾਹੌਲ ਆ। ਇਹ ਵਿਕਾਸ ਦੀ ਗੱਲ ਤਾਂ ਜੀ ਬਹੁਤ ਵਧੀਆ ਹੈ, ਕਿਸਾਨ ਨੇ ਵੀ ਚਲੋ ਵਧੀਆ ਤਰੱਕੀ ਕੀਤੀ ਆ ਅਤੇ ਦੇਸ਼ ਨੇ ਵੀ ਆਪਣੀ ਤਰੱਕੀ ਕੀਤੀ ਆ, ਸਰਕਾਰਾਂ ਨੇ ਬਹੁਤ ਸਹਿਯੋਗ ਦਿੱਤਾ ਹੈ। ਆਹ ਵੇਖ ਲਓ ਡੇਰੇ 'ਤੇ ਪੱਕੇ ਰਾਹ ਵਾ, ਇਹ ਸਰਕਾਰ ਨੇ ਬਣਾਏ ਆ, ਅਸੀਂ ਡੇਰਿਆਂ 'ਤੇ ਪੱਕੇ ਰਸਤੇ ਆ, 24 ਘੰਟੇ ਬਿਜਲੀ ਆ, ਨਹੀਂ ਤਾਂ ਇਹ ਚੀਜ਼ਾਂ ਪਹਿਲਾਂ ਹੈਗੀਆਂ ਨਹੀਂ ਸੀ, ਡੇਰਿਆਂ 'ਤੇ ਤਾਂ ਇਹ ਚੀਜ਼ਾਂ ਬਿਲਕੁਲ ਨਹੀਂ ਹੈਗੀਆਂ। ਉਹ ਤਾਂ ਬਿਲਕੁਲ ਸਰਕਾਰ ਹੀ ਬਹੁਤ ਸਾਥ ਦਿੱਤਾ ਜੀ ਅਤੇ ਕਿਸਾਨ ਵੀ ਬਿਲਕੁਲ ਖੁਸ਼ਹਾਲ ਆ ਅਤੇ ਵਧੀਆ ਜੀਣ ਦਿਆ ਆਪਣੀ ਜ਼ਿੰਦਗੀ। ਇਹ ਤਾਂ ਮਤਲਬ ਬਿਲਕੁਲ ਸਹੀ ਆ ਮਾਹੌਲ, ਇੱਥੇ ਕੋਈ ਇਹੋ ਜਿਹਾ ਤਾਂ ਚੱਕਰ ਹੀ ਹੈ ਨਹੀਂਗਾ। ਉਹਨਾਂ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਆਉਣ ਕੇ ਦੇਖਣ ਕਿ ਇੱਥੇ ਤਾਂ ਰਾਤ ਦਿਨ ਜਿਸ ਤਰ੍ਹਾਂ ਮਰਜ਼ੀ ਵੇਖਣ, ਤੁਰਨ ਫਿਰਨ ਸੜਕਾਂ 'ਤੇ, ਕੋਈ ਇਹੋ ਜਿਹਾ ਚੱਕਰ ਹੀ ਨਹੀਂਗਾ ਕਿ ਜਾਂ ਕੋਈ ਉਹਨਾਂ ਨੂੰ ਤੰਗ ਕਰੂਗਾ ਜਾਂ ਪਰੇਸ਼ਾਨ ਕਰੂਗਾ। ਬਿਲਕੁਲ ਸ਼ਾਂਤੀ ਵਾਲਾ ਮਾਹੌਲ ਆ ਅਤੇ ਵਧੀਆ ਬੰਦਾ ਆਪਣੀ ਜ਼ਿੰਦਗੀ ਇੱਥੇ ਵੀ ਜੀਣ ਦਿਆ। ਇੱਕ ਵਾਰੀ ਆਉਣ ਕੇ ਦੇਖਣ ਤਾਂ ਸਹੀ, ਇੱਕ ਸੁਣੀ ਸੁਣਾਈ ਗੱਲ ਵੱਖਰੀ ਆ, ਆਣ ਕੇ ਦੇਖਣ ਅਤੇ ਦੇਖਿਆ ਗੱਲ ਹੋ ਰਿਹਾ, ਬਿਲਕੁਲ ਵਧੀਆ ਮਾਹੌਲ ਹੈ ਜੀ ਇੱਥੇ। ਬਾਕੀ ਜੋ ਪੜ੍ਹੇ ਲਿਖੇ ਲੋਕ ਆ ਬਿਲਕੁਲ ਨਹੀਂ ਆਉਂਦੇ ਜੀ, ਬਿਲਕੁਲ ਨਹੀਂ। ਅਗਲੇ ਸੱਚਾਈ ਵਹਿੰਦੇ ਆ ਕਿ ਆਪਾਂ ਵੇਖੀਏ ਪਹਿਲਾਂ ਅਤੇ ਫਿਰ ਆਪਾਂ ਗਾਂਹ ਤੁਰੀਏ, ਨਹੀਂ ਕੋਈ ਚੱਕਰ ਹੈਗਾ ਇਹੋ ਜਿਹਾ। ਬਹੁਤ ਲੋਕ ਪੜ੍ਹੇ ਲਿਖੇ ਅਤੇ ਸਮਝਦਾਰ ਲੋਕ ਆ ਅਤੇ ਬਿਲਕੁਲ ਮਾਹੌਲ ਸ਼ਾਂਤ ਆ, ਗਾਂਹ ਨਵੀਂ ਪੀੜ੍ਹੀ ਨੇ ਸ਼ਾਂਤ ਰੱਖਣਾ ਜੀ, ਇਹ ਤਾਂ ਉਹਨਾਂ ਦੇ ਹੱਥ ਸਾਰਾ ਕੁਝ ਸੈਟਿੰਗ ਆ ਜੀ, ਬਿਲਕੁਲ ਕਹਿ ਸਕਦੇ ਜੀ ਬਿਲਕੁਲ। ਵੇਖੋ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਪਹਿਲਾਂ ਪਿੰਡਾਂ 'ਚ ਕੱਚੇ ਕਮਰੇ, ਕਿਸੇ ਕੋਈ ਟਰੈਕਟਰ ਨਹੀਂ, ਹੁਣ ਹਰ ਘਰ ਗੱਡੀਆਂ ਟਰੈਕਟਰ ਕੋਠੀਆਂ ਪਈਆਂ, ਜੇ ਖੁਸ਼ਹਾਲ ਆ ਤਾਂ ਪਈਆਂ, ਉਹ ਪਹਿਲਾਂ ਕਿਉਂ ਨਾ ਪੈ ਗਈਆਂ। ਬਿਲਕੁਲ ਖੁਸ਼ਹਾਲ ਆ ਜੀ ਕਿਸਾਨ, ਆਪਾਂ ਇਹ ਨਹੀਂ ਕਹਿ ਸਕਦੇ ਕਿਸਾਨ ਨਹੀਂ, ਕਿਸਾਨ ਵੀ ਖੁਸ਼ਹਾਲ ਆ, ਕਿਸਾਨ ਦੇ ਨਾਲ ਦੂਜੇ ਲੋਕ ਵੀ ਬਿਲਕੁਲ ਖੁਸ਼ਹਾਲ ਆ।